ਦਿਖਾ ਦਿਆਂ ਤੁਹਾਨੂੰ ਮੈਂ ਆ ਦੇਖੋ ਇਹ ਪੱਥਰਾਂ ਦੇ ਵਿੱਚ ਨਮੂਨੇ ਘੜ ਘੜ ਕੇ ਲਾਏ ਆ ਕੋਈ ਗ੍ਰੈਂਡਰ ਨਹੀਂ ਸੀ ਹੁੰਦਾ ਕੋਈ ਕਟਰ ਨਹੀਂ ਸੀ ਹੁੰਦਾ ਤੇ ਉਹਨਾਂ ਵੇਲਿਆਂ ਦੇ ਵਿੱਚ ਇਹ ਬਣੇ ਹੋਏ ਆ ਤੇ ਬਹਿਲੋਲ ਲੋਦੀ ਦਾ ਸਬੰਧ ਆਪਣੇ ਮਲੇਰ ਕੋਟਲੇ ਦੇ ਨਾਲ ਵੀ ਸੀਗਾ ਬਹਿਲੋਲ ਲੋਦੀ ਬਹਿਲੋਲ ਲੋਦੀ ਤੋਂ ਬਾਅਦ ਸਿਕੰਦਰ ਲੋਦੀ ਸਿਕੰਦਰ ਲੋਦੀ ਤੋਂ ਬਾਅਦ ਇਬਰਾਹਿਮ ਲੋਦੀ ਤੇ ਇਬਰਾਹਿਮ ਲੋਦੀ ਤੋਂ ਰਾਜ ਭਾਗ 1526 ਨੂੰ ਪਾਣੀਪੱਤ ਦੀ ਲੜਾਈ ਦੇ ਵਿੱਚ ਬਾਬਰ ਨੇ ਖੋਲਿਆ ਸੀ ਮਤਲਬ ਇਦੋਂ ਬਾਅਦ ਦੇ ਵਿੱਚ ਮੁਗਲਾਂ ਦਾ ਰਾਜ ਭਾਗ ਕਹਿ ਸਕਦੇ ਕਿ ਬਾਬਰ ਹੁਣਾਂ ਦਾ ਰਾਜ ਭਾਗ ਚੱਲਿਆ ਸੀਗਾ ਸਾਡੀ ਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਫਿਰ ਬਹੁਤ ਵੱਡਾ ਇਤਿਹਾਸਕ ਪੰਨਾ ਦਿਖਾਉਣਾ ਤੁਹਾਨੂੰ ਅੱਜ ਕਾ ਅਸੀਂ ਹੈਗਿਆ ਸਰਹੰਦ ਦੇ ਵਿੱਚ ਸਰਹੰਦ ਦੇ ਨਾਲ ਮੀਰੇ ਮੀਰਾ ਕਸਬਾ ਪੈਂਦਾ ਉੱਥੇ ਮਤਲਬ ਇੱਕ ਮਕਬਰਾ ਬਣਿਆ ਹੋਇਆ ਵਾ ਬੀਬੀ ਸੁਬਾਨ ਦਾ ਬੀਬੀ ਸੁਬਾਨ ਕੌਣ ਸੀ ਬਹਿਲੋ ਲੋਦੀ ਦੀ ਧੀ ਸੀ ਤੇ ਬਹਿਲੋ ਲੋਦੀ ਕੌਣ ਸੀ ਜਿਹਨੇ ਲੋਦੀ ਵੰਸ਼ ਦੀ ਨੀ ਰੱਖੀ ਸੀਗੀ ਮੈਂ ਦੱਸ ਦਿਆਂ ਵੀ ਇਹ ਬਿਰਾ ਬਹਿਲੋ ਲੋਦੀ ਦਾ ਰਾਜ ਭਾਗ ਸੀਗਾ 1452 ਤੋਂ ਲੈ ਕੇ ਤਕਰੀਬਨ 1488 ਦੇ ਤੱਕ ਚੱਲਿਆ ਸੀਗਾ ਉਹ ਸ਼ਾਸਨ ਕਾਲ ਦੇ ਵਿੱਚ ਉਹਨੇ ਬਹੁਤ ਸਾਰੀਆਂ ਮੱਲਾ ਮਾਰੀਆਂ ਤੇ ਲੋਧੀ ਵੰਸ਼ ਦੀ ਨੀਂ ਰੱਖੀ ਸੀਗੀ ਤੇ ਇਹ ਉਹਦੀ ਧੀ ਦਾ ਉਹਦੀ ਕੁੜੀ ਦਾ ਬਣਾਇਆ ਹੋਇਆ ਮਕਬਰਾ ਵਾ ਬੇਸ਼ੱਕ ਇਹ ਮਕਬਰਾ ਬਹਿਲੋ ਲੋਧੀ ਦੀ ਮੌਤ ਤੋਂ ਬਾਅਦ ਦੇ ਵਿੱਚ ਬਣਿਆ ਤਕਰੀਬਨ ਕਿਹਾ ਜਾਂਦਾ ਵੀ 1497 98 ਦੇ ਵਿੱਚ ਇਹ ਬਣਿਆ ਸੀਗਾ ਤੇ ਬਹਿਲੋ ਲੋਧੀ ਦੀ ਮੌਤ 1499 ਦੇ ਵਿੱਚ ਹੋ ਗਈ ਸੀਗੀ ਤੇ ਦੱਸ ਦੇ ਇਹਦੀ ਖਾਸੀਅਤ ਇਹ ਆ ਕਿ ਸਾਰਾ ਪੱਥਰ ਦਾ ਬਣਿਆ ਹੋਇਆ ਵਾ ਕੋਈ ਚੂਨਾ ਚੰਨਾ ਨਹੀਂਗਾ ਸਿੱਧੀਆਂ ਟਟਕਾ ਟਕਾ ਕੇ ਰੱਖਿਆ ਗਿਆ ਤੇ ਕਮਾਲ ਦੀ ਕਾਰਗਰੀ ਦਿਖਾਈ ਗਈ ਆ ਤੇ ਪੱਥਰ ਦੀਆਂ ਵੀ ਕਈ ਕਿਸਮਾਂ ਵਰਤੀਆਂ ਗਈਆਂ ਇੱਕ ਤਾਂ ਕਸਮਾਵਾਂ ਨੀਲੇ ਹਰੇ ਪੱਥਰ ਜੇ ਦੀਆਂ ਕਿਸਮਾਂ ਨੇ ਹੈ ਕਾ ਪੱਥਰ ਉਹ ਗਿਆ ਇਹ ਕਹੇਗਾ ਵਾ ਸੈਂਡ ਸਟੋਨ ਜਿਹਨੂੰ ਕਹਿ ਦਿੰਦੇ ਆਪਾਂ ਤਾਂ ਬਲੂਆ ਪੱਥਰ ਇਹ ਉਹ ਵਰਤ ਜਿਹਦੇ ਮਤਲਬ ਚੂਨਾ ਬਣਦਾ ਉਹ ਪੱਥਰ ਵਰਤਿਆ ਗਿਆ ਵਾ ਵਿੱਚ ਕੁਝ ਰਿਪੇਅਰ ਵੀ ਹੋਇਆ ਭਾਗ ਇਹਦਾ ਪਰ ਇਹ ਉਹ ਪੱਥਰ ਆ ਉਹ ਤਿੰਨ ਚਾਰ ਕਿਸਮਾਂ ਦਾ ਪੱਥਰ ਲਾ ਕੇ ਇਹ ਸ਼ਾਨਦਾਰ ਮਖਬਰਾ ਬਣਿਆ ਹੋਇਆ ਵਾ ਮਤਲਬ ਉਹਨਾਂ ਵੇਲਿਆਂ ਦੇ ਵਿੱਚ ਵੀ ਮਤਲਬ ਕਹਿ ਸਕਦਾ ਕਿ ਔਰਤਾਂ ਨੂੰ ਲੋਧੀ ਵੰਸ਼ ਨੇ ਤਰਜੀਹ ਦਿੱਤੀ ਨਹੀਂ ਤਾਂ ਐਡਾ ਖੂਬਸੂਰਤ ਮਖਬਰਾ ਬਣਾਉਣ ਦੀ ਲੋੜ ਹੀ ਨਹੀਂ ਸਾਲਾ ਕਹਿੰਦਾ ਸੀ ਜਿੱਥੇ ਕਿਉਂਕਿ ਉਹਨਾਂ ਵੇਲਿਆਂ ਦੇ ਵਿੱਚ ਜਾਂ ਹੁਣ ਵੀ ਔਰਤ ਨੂੰ ਨਹੀਂ ਤਰਜੀਹ ਨਹੀਂ ਦਿੱਤੀ ਜਾਂਦੀ ਪਰ ਉਹਨਾਂ ਵੇਲਿਆਂ 'ਚ ਅਹਿਮ ਬਹਿਲੋਲ ਲੋਦੀ ਨੇ ਆਪਣੀ ਧੀ ਨੂੰ ਤਰਜੀਹ ਦਿੱਤੀ ਮਤਲਬ ਔਰਤਾਂ ਦੇ ਸ਼ਕਤੀਕਰਨ ਦੀ ਗੱਲ ਜਦੋਂ ਆਉਂਦੀ ਆ ਤਾਂ ਉਹਨਾਂ ਵੇਲਿਆਂ 'ਚ ਹੋਈ ਸੀ ਇੱਥੇ ਕੋਲ ਸਿਲਾ ਲੇਖ ਵੀ ਮਿਲਦੇ ਆ ਜਿਦੇ ਵਿੱਚ ਇਸ ਗੱਲ ਦੀ ਪੋਜ਼ਿਟਿਵ ਹੁੰਦੀ ਆ ਕਿਉਂਕਿ ਤਿੰਨ ਚਾਰ ਸਿਲਾ ਲੇਖ ਲੱਗੇ ਨੇ ਇਹ ਨਹੀਂ ਪਤਾ ਵੀ ਕਿਹੜੇ ਇਹ ਦੇ ਵਿੱਚ ਬੀਬੀ ਸੁਭਾਨ ਦਾ ਜ਼ਿਕਰ ਆ ਕਿਉਂਕਿ ਜ਼ੁਬਾਨ ਆਪਣੀ ਸਮਝ ਤੋਂ ਬਾਹਰ ਆ ਫਾਰਸੀ ਜਾਂ ਅਰਬੀ ਹੋ ਸਕਦੀ ਆ ਉੱਤੇ ਲਾਲ ਤੇ ਪੱਥਰ ਲੱਗੇ ਇਹਨਾਂ ਦੇ ਵਿੱਚ ਖੁਦਾਈ ਕਰਕੇ ਉਹਨਾਂ ਨੇ ਲਿਖਿਆ ਹੋਇਆ ਕੁਝ ਨਾ ਕੁਝ ਅੰਦਰ ਬੀਬੀ ਸੁਭਾਨ ਦੀ ਕਬਰ ਆ ਹੋਸ ਦੋ ਕਬਰਾਂ ਨੇ ਅੰਦਰਲੇ ਪਾਸੇ ਇੱਕ ਹੋ ਸਕਦਾ ਉਹਨਾਂ ਦੇ ਘਰ ਵਾਲੇ ਦੀ ਹੋਵੇ ਇੱਥੇ ਮੇਰੀ ਆਵਾਜ਼ ਗੂੰਜ ਰਹੀ ਏ ਥੋੜੀ ਜੀ ਆ ਦਿਖਾਦੇ ਆ ਵੀ ਇਹ ਦੋ ਕਬਰਾਂ ਨੇ ਬਣੀਆਂ ਹੋਈਆਂ ਇੱਥੇ ਆ ਗੋਬੰਦ ਬੜੇ ਹੋਏ ਆ ਮਤਲਬ ਬਹੁਤ ਉੱਚਾ ਉੱਚੀ ਆਕਾਰ ਦੇ ਵਿੱਚ ਜੋ ਮਤਲਬ ਡੋਮ ਬਣਿਆ ਹੋਇਆ ਬਹੁਤ ਤਕੜਾ ਤੇ ਇਹਦੇ ਨਾਲ ਹੀ ਤੁਹਾਨੂੰ ਦਿਖਾਦੇ ਆ ਵੀ ਗੁਪੀਧਰ ਆ ਜੋ ਉਹ ਕਾਂਸਲਾ ਲਿਖ ਲੱਗਿਆ ਹੋਇਆ ਜਿਹਦੇ ਵਿੱਚ ਇਹ ਮਕਬਰਾ ਬਣਾਉਣ ਦੀ ਤਾਰੀਖ ਦਾ ਜ਼ਿਕਰ ਆ ਵੀ ਜਦੋਂ ਬੀਬੀ ਸੁਭਾਨਪੂਰੀ ਹੋਈ ਤੋਂ ਉਹ ਬਣਾਇਆ ਜੀ ਚ ਮਤਲਬ ਹਿਜਰੀ ਸਨ ਦਾ ਜ਼ਿਕਰ ਆ ਜੋ ਸਮਝ ਸਕਦਾ ਰਹੇ ਇਸ ਪੋਸ਼ਨ ਨੂੰ ਉਹ ਸਾਨੂੰ ਕਮੈਂਟ ਕਰਕੇ ਦੱਸ ਵੀ ਸਕਦੇ ਆ ਮੈਂ ਦੱਸ ਦਿਆਂ ਵੀ ਆ ਹਾਇਦਰਲੇ ਪਾਸੇ ਵੀ ਬਹੁਤ ਬੂਟੀਆਂ ਪਾਈਆਂ ਹੋਈਆਂ ਫੁੱਲ ਬੂਟੇ ਪਾਏ ਹੋਏ ਆ ਇਹ ਡੌਮ ਬਣਾਈ ਗਏ ਆ ਡੱਡ ਮਤਲਬ ਸਾਰਾ ਹੀ ਪੱਥਰ ਵਰਤਿਆ ਗਿਆ ਏ ਟੂ ਜ਼ੈਡ ਇਧਰਲੇ ਬਾਹਰਲੇ ਪਾਸੇ ਵੀ ਆ ਜੀ ਆਪਾਂ ਇਸ ਇਤਿਹਾਸ ਦੀ ਗੱਲਬਾਤ ਕਰ ਲਈ ਅੱਜ ਸਾਰੀ ਗੱਲਬਾਤ ਕਰਨੀ ਆ ਕੰਦਾਂ ਵੀ ਬਹੁਤ ਚੌੜੀਆਂ ਦੇਖੋ ਆ ਲੈ ਤੇ ਇੱਥੋਂ ਤੇ ਆਹ तकरीबन 7-8 ਫੁੱਟ ਚੌੜੀ ਕੰਦਾ ਇੰਨਾ ਮਤਲਬ ਕਮਾਲ ਦਾ ਕੰਮ ਹੋਇਆ ਤੇ ਹੌਲੀ ਹੌਲੀ ਪੱਥਰ ਆ ਜਿਹੜਾ ਇਹ ਖੁਰਨਾ ਵੀ ਸ਼ੁਰੂ ਹੋ ਚੁੱਕਿਆ ਵਾ ਆ ਦਿਖਾ ਦਿਓ ਇੱਥੋਂ ਮਾੜਾ ਵਾੜਾ ਖੁਰਨਾ ਵੀ ਸ਼ੁਰੂ ਹੋ ਚੁੱਕਿਆ ਪੱਥਰ ਪਰ ਮਿਆਦ ਦੀ ਇੰਨੀ ਕਿੰਨੇ ਸਾਲ ਹੋ ਗਏ ਕਦੋਂ ਦਾ ਬਹਿਲੋ ਲੋਧੀ ਪੂਰਾ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਬਣਿਆ ਸੀਗਾ ਆ ਫੁੱਲ ਦਿਖਾ ਦਿਆਂ ਤੁਹਾਨੂੰ ਮੈਂ ਆ ਦੇਖੋ ਇਹ ਪੱਥਰਾਂ ਦੇ ਵਿੱਚ ਨਮੂਨੇ ਘੜ ਘੜ ਕੇ ਲਾਇਆ ਕੋਈ ਗ੍ਰੈਂਡਰ ਨਹੀਂ ਸੀ ਹੁੰਦਾ ਕੋਈ ਕਟਰ ਨਹੀਂ ਸੀ ਹੁੰਦਾ ਤੇ ਉਹਨਾਂ ਵੇਲਿਆਂ ਦੇ ਵਿੱਚ ਇਹ ਬਣੇ ਹੋਏ ਆ ਤੇ ਬਹਿਲੋ ਲੋਧੀ ਦਾ ਸਬੰਧ ਆਪਣੇ ਮਲੇਰ ਕੋਟਲੇ ਦੇ ਨਾਲ ਵੀ ਸੀਗਾ ਉਹ ਇਤਿਹਾਸ ਦੀ ਗੱਲ ਵੀ ਕਰਾਂਗੇ ਕਿਵੇਂ ਸੰਬੰਧ ਸੀਗਾ ਪੰਜਾਬ ਨਾਲ ਡੂੰਘਾ ਸੰਬੰਧ ਸੀ ਉਹਦਾ ਤੇ ਬਹੁਤ ਮਾੜਿਆ ਹਾਲਤਾਂ ਚ ਉੱਠ ਕੇ ਬਹਿਲੋ ਲੋਦੀ ਦਿੱਲੀ ਦਾ ਬਾਦਸ਼ਾਹ ਬਣਿਆ ਸੀ ਇਹ ਗੱਲਾਂ ਵੀ ਆਪਾਂ ਕਰਨੀ ਅੱਜ ਦਰਸ਼ਕੋ ਇੱਥੋਂ ਨਾਲ ਤਨਿੰਗਮ ਨੂੰ ਕੁਝ ਸਿੱਕੇ ਵੀ ਮਿਲੇ ਸੀ ਕਿਹਾ ਜਾਂਦਾ ਵੀ ਜਿਹੜਾ ਸਰਹੰਦ ਦਾ ਏਰੀਆ ਵਾ ਕਿਸੇ ਸਮੇਂ ਕੁਸ਼ਾਨ ਵੰਸ਼ ਦੇ ਆਪਣਾ ਕਨਿਸ਼ਕ ਦਾ ਵੀ ਇੱਥੇ ਰਾਜ ਭਗ ਰਿਹਾ ਵਾ ਇਸ ਤੋਂ ਬਾਅਦ ਹਿਊਨ ਸਾਂਗ ਨੇ ਵੀ ਬਾਰੇ ਦੱਸਿਆ ਸੀਗਾ ਕਹਿੰਦਾ ਵੀ ਇੱਥੇ ਮਤਲਬ ਹਾਂਸਲਾਨਾ ਦੇ ਵੀ ਵਗਦੀ ਰਹੀ ਹੈ ਇਹਦੇ ਕਿਨਾਰੇ ਇੱਕ ਦੇ ਸਰੰਦਾ ਦੇ ਉੱਤੇ ਮਤਲਬ ਬਹੁਤ ਵਿਸ਼ਾਲ ਤੇ ਭਾਰਤ ਦਾ ਇੱਕ ਪ੍ਰਮੁੱਖ ਸ਼ਹਿਰ ਸੀ ਅਖਬਰ ਦੇ ਵੇਲੇ ਸ਼ਹਿਰ ਦੀ ਬਹੁਤ ਚੜ੍ਹਾਈ ਸੀ ਉਸ ਤੋਂ ਪਹਿਲਾਂ ਤੋਗਲਾਕਾ ਵੰਸ਼ ਵੇਲੇ ਫਿਰੋਸ਼ਾ ਵੇਲੇ ਬਹੁਤ ਇਸ ਏਰੀਆ ਦੀ ਚੜ੍ਹਤ ਰਹੀ ਆ ਤੇ ਉਸ ਤੋਂ ਬਾਅਦ ਦੱਸਦੇ ਆ ਵੀ 1763 ਦੇ ਲਗਭਗ ਇਹ ਬਾਬਾ ਆਲਾ ਸਿੰਘ ਦੇ ਅੰਡਰ ਆ ਗਏ ਤਾਂ ਉਸ ਤੋਂ ਬਾਅਦ ਫਿਰ ਇਹ ਮਤਲਬ 1948 ਤੱਕ ਕਹਿ ਸਕਦੇ ਆ 47 48 ਤੱਕ ਪਟਿਆਲੇ ਦੇ ਦੀ ਰਿਆਸਤ ਰਹੰਦ ਤੇ ਇੱਥੇ ਸਮੇਂ ਸਮੇਂ ਤੇ ਬਾਦਸ਼ਾਹਾਂ ਦਾ ਰਾਜ ਰਿਆ ਤੇ ਬੰਦਾ ਸਿੰਘ ਬਹਾਦਰ ਨੇ ਵੀ ਉਜਾੜਿਆ ਕਿਉਂਕਿ ਫਿਰ ਇੱਥੇ ਜਦੋਂ ਆਪਣੇ ਸਾਹਿਬਜ਼ਾਦਿਆਂ ਦੀ ਗੱਲ ਆਉਂਦੀ ਆ ਤਾਂ ਸਾਹਬ ਤੇ ਫਿਰ ਐਕਟਰਨਲ ਐਕਟਵਿਸਰ ਹੰਦ ਦੀ ਬੰਦਾ ਸਿੰਘ ਬਹਾਦਰ ਨੇ ਉਹ ਵੀ ਇਸੇ ਧਰਤੀ ਤੇ ਖੜਕਾਈ ਸੀਗੀ ਤੇ ਗੱਲ ਕਰੀਏ ਬਹਿਲੋਲੂਦੀ ਦੀ ਮਤਲਬ ਜੇ ਬਹਿਲੋਲੂਦੀ ਸੀ ਨਾ ਇਹਦਾ ਜਦੋਂ ਜਨਮ ਹੋਣ ਲੱਗਿਆ ਤੇ ਇਹਦੀ ਮਾਂ ਸੀ ਜਿਹੜੀ ਉਹ ਉਦੋਂ ਪੂਰੀ ਹੋ ਗਈ ਸੀਗੀ ਬਹਿਲੋਲੂਦੀ ਦੀ ਮਾਂ ਦਾ ਨਾਂ ਹਾਮਲਾ ਸੀਗਾ ਜਿਹਦੀ ਕਿ ਮੌਤ ਹੋ ਗਈ ਸੀ ਬਹਿਲੋਲੂਦੀ ਦੇ ਜਨਮ ਵੇਲੇ ਉਸ ਸਮੇਂ ਕਿਹਾ ਜਾਂਦਾ ਵੀ ਸਜੇਰੀਅਨ ਉਪਰੇਸ਼ਨ ਦੇ ਰਾਹੀਂ ਇਹ ਇਹ ਬਚ ਗਿਆ ਸੀਗਾ ਪਰ ਇਹਦੀ ਮਾਂ ਪੂਰੀ ਹੋ ਗਈ ਸੀ ਤੇ ਪਿਓ ਦਾ ਨਾਮ ਮਲਕ ਕਲਾ ਸੀ ਇਹ ਮਸਲਾ ਪਸ਼ੋਕੜ ਇਹਨਾਂ ਦਾ ਦੇਖੀਏ ਕਿ ਅਫਗਾਨਿਸਤਾਨ ਨੂੰ ਸੰਬੰਧ ਰੱਖਣ ਵਾਲਾ ਕਬੀਲਾ ਸੀ ਇਹ ਸਾਰੇ ਹੀ ਤੇ ਆਖਰ ਤੇ ਕਿਹਾ ਜਾ ਸਕਦਾ ਵੀ ਇਹ ਆਖਰੀ ਉਹ ਸ਼ਾਸਕ ਸੀਗੇ ਜਿਨ੍ਹਾਂ ਤੋਂ ਮੁਗਲਾਂ ਨੇ ਮਤਲਬ ਰਾਜਗਦੀ ਲਈ ਇਸ ਤੋਂ ਇਹਨਾਂ ਦਾ ਰਾਜ ਭਾਗ ਖਿਲਜੀਆ ਨਾਲੋਂ ਵੀ ਵੱਡਾ ਸੀਗਾ 75 ਸਾਲ ਇਹਨਾਂ ਨੇ ਰਾਜ ਭਾਗ ਕੀਤਾ ਤੇ ਬਹੁਤ ਦੁਸ਼ਵਾਰੀਆਂ ਤੇ ਖਿੱਚੋ ਤਾਣ ਵਾਲਾ ਰਾਜ ਭਾਗ ਸੀਗਾ ਬਹਿਲੋਲ ਲੋਦੀ ਬਹਿਲੋਲ ਲੋਦੀ ਤੋਂ ਬਾਅਦ ਸਿਕੰਦਰ ਲੋਦੀ ਸਿਕੰਦਰ ਲੋਦੀ ਤੋਂ ਬਾਅਦ ਇਬਰਾਹਿਮ ਲੋਦੀ ਤੇ ਇਬਰਾਹਿਮ ਲੋਦੀ ਤੋਂ ਰਾਜ ਭਾਗ 1526 ਨੂੰ ਪਾਣੀਪਤ ਦੀ ਲੜਾਈ ਦੇ ਵਿੱਚ ਬਾਬਰ ਨੇ ਖੋਲਿਆ ਸੀ ਮਤਲਬ ਇਦੋਂ ਬਾਅਦ ਦੇ ਵਿੱਚ ਮੁਗਲਾਂ ਦਾ ਰਾਜ ਭਾਗ ਕਹਿ ਸਕਦੇ ਕਿ ਬਾਬਰ ਹੁਣਾਂ ਦਾ ਰਾਜ ਭਾਗ ਚੱਲਿਆ ਸੀਗਾ ਬਹਿਲੋਲ ਲੋਦੀ ਹੁਣਾਂ ਤੋਂ ਬਾਅਦ ਦੇ ਵਿੱਚ ਬਹਿਲੋਲ ਲੋਦੀ ਨੂੰ ਪਤਾ ਸੀ ਕਿ ਮੇਰੀ ਤਾਕਤ ਅਫਗਾਨਿਸਤਾਨ ਦੇ ਪਠਾਨ ਨੇ ਇਸ ਕਰਕੇ ਇਹਨੇ ਉਹਨਾਂ ਪਠਾਣਾ ਦੇ ਨਾਲ ਬਣਾ ਕੇ ਰੱਖੀ ਉਹਨਾਂ ਦੀਆਂ ਨੀਤੀਆਂ ਦੇ ਆਧਾਰ ਤੇ ਹੀ ਕੰਮ ਕੀਤੇ ਤਾਂ ਕਿ ਬਗਾਵਤ ਨਾ ਹੋ ਕਰ ਸਕਣ ਇਹ ਉਹਦੀ ਖਾਸੀਅਤ ਸੀ ਇੱਕ ਦੂਜੀ ਹੋਰ ਗੱਲ ਦੱਸ ਦਿਆਂ ਵੀ ਜਦੋਂ ਵੀ ਵਜ਼ੀਰਾ ਆਂ ਵੀਰਾ ਜਾਂ ਆਂ ਬੰਦੇ 'ਚ ਬੈਠਦਾ ਸੀਗਾ ਕੋਈ ਸਰਕਾਰੀ ਜਾਂ ਨਿੱਜੀ ਇੱਕ ਸਮਾਗਮ ਕਰਨਾ ਹੁੰਦਾ ਸੀ ਤੇ ਥੱਲੇ ਆਟ ਵਿਸ਼ਾ ਕੇ ਕਲੀਨ ਵਿਸ਼ਾ ਕੇ ਉਹਨਾਂ ਤੇ ਬੈਠ ਜਾਇਆ ਕਰਦਾ ਸੀਗਾ ਇਹ ਨਹੀਂ ਸੀ ਕਿ ਵੀ ਸੰਘਾਸਤਨਾ ਤੇ ਬੈਠਦਾ ਸੀ ਮਤਲਬ ਉਹ ਸੁਧਾਰਨ ਮਨੋਵਿਰਤੀ ਵਾਲਾ ਹੀ ਸੀਗਾ ਮਤਲਬ ਉਹ ਹਸਾਬ ਤੇ ਉਹ ਰੱਖਦਾ ਹੁੰਦਾ ਸੀ ਮੈਂ ਇਹਨਾਂ ਦੇ ਬਰਾਬਰੀਆਂ ਸਭ ਨੂੰ ਬਰਾਬਰ ਦੀ ਤਰਜੀਹ ਦਿੰਦਾ ਹੁੰਦਾ ਸੀ ਇਹ ਖਾਸियत ਸੀ ਬਹਿਲੋਲੋਦੀ ਦੀ ਜਿਹਦੇ ਕਰਕੇ ਇਹਨਾਂ ਨੇ ਲੰਮਾ ਸਮਾਂ ਰਾਜ ਕੀਤਾ ਬਹੁਤ ਮਾੜੇ ਹਾਲਤਾਂ ਚ ਉਹ ਉੱਠਿਆ ਸੀ ਕਿਉਂਕਿ ਕਿਹਾ ਜਾਂਦਾ ਵੀ ਇਸੇ ਸਰਹੰਦ ਦਾ ਉਹ ਕਿਸੇ ਸਮੇਂ ਗਵਰਨਰ ਵੀ ਰਿਹਾ ਸੀ ਤੇ ਇੱਕ ਛੋਟੇ ਜਿਹੇ ਅਹੁਦੇ ਤੋਂ ਪਹੁੰਚ ਗਿਆ ਇਸ ਕਹਿ ਸਕਦੇ ਉਹਦੋਂ ਪਹਿਲਾਂ ਇੱਕ ਛੋਟਾ ਕਾਣਾ ਵਪਾਰ ਵੀ ਕਰਦੇ ਹੁੰਦੇ ਸੀਗੇ ਉਸ ਤੋਂ ਬਾਅਦ ਉਹਦੋਂ ਬਾਅਦ ਦੇ ਵਿੱਚ ਫਿਰ ਦਿੱਲੀ ਦਾ ਬਾਦਸ਼ਾਹ ਬਣਿਆ ਤੇ ਦਿੱਲੀ ਦੀ ਸਲਤਨਤ ਨੂੰ ਸੁਲਤਾਨ ਬਣਿਆ ਕਹਿ ਸਕਦੇ ਹਾਂ ਸੁਲਤਾਨ ਬਣਿਆ ਸੀਗਾ ਇਹ ਇਹਨਾਂ ਦਾ ਸਬੰਧ ਕਿਹਸਾ ਦਾ ਇੱਕ ਵਾਰੀ ਨਾ ਭੂਮਸੀਨਾ ਦਾ ਸਤਾਹ ਸੀ ਮਿਰਿਲ ਕੁਟਲੇ ਕੋਲੇ ਉੱਥੇ ਸ਼ੇਖ ਸਦਰੁਦੀਨ ਜੀ ਵੀ ਰਹਿੰਦੇ ਸੀਗੇ ਜਿਨ੍ਹਾਂ ਨੇ ਕਿਹਾ ਕਿ ਮਲੇਰ ਦੇ ਵਿੱਚ ਮਨੂ ਇਹਨੂੰ ਬਸਾਉਣ ਦੇ ਵਿੱਚ ਵੱਡਾ ਯੋਗਦਾਨ ਹੈ ਜਿਨ੍ਹਾਂ ਦਾ ਸ਼ੇਖ ਸਦਰੂ ਜੀ ਦਾ ਉੱਥੇ ਦਰਗਾਹ ਉਹਨਾਂ ਦੀ ਮਕਬਰ ਉਹਨਾਂ ਦਾ ਵੀ ਉੱਥੇ ਹੈਗਾ ਵਾ ਕਹਿੰਦੇ ਭੂਮਸੀ ਦਾ ਸਥਾਨ ਸੀ ਬਹਿਲੋਲੋਦੀ ਨੂੰ ਦੱਸਿਆ ਉਹਦੇ ਮਤਲਬ ਸੁਲਤਾਨ ਉਹਦੇ ਮਤਲਬ ਕੈਸਲਾ ਗਵਰਨਰ ਨੇ ਭਾਈ ਇੱਥੇ ਬਹੁਤ ਮਤਲਬ ਕਹਿ ਸਕਦੇ ਆ ਕਿ ਤਪੱਸਵੀ ਸ਼ੇਖ ਸਾਹਿਬ ਰਹਿੰਦੇ ਨੇ ਉਹਨਾਂ ਨੇ ਦੋ ਮੁਲਾਕਾਤ ਕਰਾਈ ਕਹਿੰਦੇ ਕਿ ਝੁੱਗੀ ਦੇ ਵਿੱਚ ਸ਼ੇਖ ਸਦਰੂਦੀਨ ਜੀ ਬੈਠੇ ਝੱਖੜ ਆਇਆ ਹੋਇਆ ਸਿਰਫ ਇਹਨਾਂ ਦੀ ਕੁੱਲੀ ਹੈ ਸ਼ੇਖ ਸਾਹਿਬ ਦੀ ਕੁੱਲੀ ਦੇ ਵਿੱਚ ਦੀਵਾ ਜਗ ਰਿਹਾ ਸੀਗਾ ਤੇ ਉਧਰ ਘਿਹਰ ਕੱਪ ਹੋਇਆ ਉਹ ਕਹਿੰਦੇ ਵੀ ਉਹ ਕੋਣ ਕਹਿੰਦੇ ਫਕੀਰ ਰਹਿੰਦਾ ਜਦੋਂ ਮੁਲਾਕਾਤ ਹੋਈ ਤਾਂ ਬਹਿਲੋਲੂਦੀ ਬਹੁਤ ਪ੍ਰਭਾਵਿਤ ਹੋਇਆ ਤੇ ਬਾਅਦ ਦੇ ਵਿੱਚ ਇਹਨੇ ਪੁੱਛਿਆ ਵੀ ਮੈਨੂੰ ਦਿੱਲੀ ਫਤਿਹ ਕਰਨ ਦਾ ਆਸ਼ੀਰਵਾਦ ਵੀ ਮਤਲਬ ਸ਼ੇਖ ਸਦਰੁਦੀਨ ਜੀ ਚੋਂ ਲਿਆ ਤੇ ਆਖਰ ਦੇ ਵਿੱਚ ਦਿੱਲੀ ਜੱਤ ਵੀ ਲਈ ਸੀਗੀ ਬਹਿਲੋਲੂਦੀ ਨੇ ਜਦੋਂ ਬਹਿਲੋਲੂ ਨੇ ਦਿੱਲੀ ਜੱਤ ਲਈ ਤੇ ਉਹਨਾਂ ਦਾ ਫਿਰ ਧੰਨਵਾਦ ਕਰਨ ਦੇ ਲਈ ਉਹ ਰੇ ਕੂਟਰੇ ਦੇ ਵਿੱਚ ਆਸੀ ਸ਼ੇਖ ਸਦਰੁਦੀਨ ਜੀ ਕੋਲੇ ਇੱਥੇ ਆ ਕੇ ਕੁਝ ਸੁਗਾਤਾਂ ਭੇਟ ਕੀਤੀਆਂ ਤੇ ਇੱਕ ਆਪਣੀ ਧੀ ਦਾ ਰਿਸ਼ਤਾ ਵੀ ਸ਼ੇਖ ਸਦਰੂਦੀਨ ਜੀ ਦੇ ਨਾਲ ਕੀਤਾ ਤੇ ਜਿਹੜਾ ਕਿ ਸ਼ੇਖ ਸਦਰੂਦੀਨ ਜੀ ਨੇ ਪ੍ਰਵਾਨ ਵੀ ਕਰ ਲਿਆ ਮਤਲਬ ਤਾਜ ਮਰਸਾ ਬੇਗਮ ਸੀ ਜਿਹੜੀ ਉਸ ਸਮੇਂ ਉਹ ਬਹਿਲੌਦੀ ਧੀ ਉਹਦਾ ਵਿਆਹ ਫਿਰ ਰੇਲਕੁਟਲੇ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਦੇ ਮਤਲਬ ਕੁਝ ਜੰਗੀਰਾਂ ਮਿਲ ਗਈਆਂ ਤਕਰੀਬਨ 70 ਦੇ ਨੇੜੇ ਤੇ ਪੈਂਡ ਮਿਲ ਗਏ ਇਸ ਕਰਕੇ ਮਲੇਰ ਕੁਟਲੇ ਦਾ ਬਹੁਤ ਵੱਡਾ ਰਸੂਖ ਵਾੜ ਗਿਆ ਤੇ ਕਿ ਸਦਰੇ ਜ਼ਹਾਂ ਦੀ ਖਤਾਬ ਸਦਰੇ ਜ਼ਹਾਂ ਦਾ ਖਤਾਬ ਵੀ ਆਪਣਾ 600 ਦੀ ਇੰਜਨ ਨੂੰ ਮਿਲ ਗਿਆ ਸੀਗਾ ਤੇ ਮਲੇਰ ਕੋਟਲੇ ਦੀ ਮਸ ਕਹਿੰਦਾ ਕਿ ਦਿੱਲੀ ਤੱਕ ਪਹੁੰਚ ਬਣ ਗਈ ਸੀਗੀ ਇਸ ਕਿਸਮ ਦੇ ਨਾਲ ਜਦੋਂ ਵੀ ਉਦੋਂ ਬਾਅਦ ਦੇ ਵਿੱਚ ਵੀ ਜਦੋਂ ਸਿਕੰਦਰ ਲੋਧੀ ਹੋਇਆ ਉਹ ਆਪ ਦੀ ਦੂਜਾ ਕਹਿ ਸਕਦੇ ਆ ਕਿ ਇੱਥੇ ਭੈਣ ਨੂੰ ਮਿਲਣ ਇੱਥੇ ਆਉਂਦਾ ਰਿਹਾ ਉਸ ਤੋਂ ਬਾਅਦ ਦੇ ਵਿੱਚ ਵੀ ਆਉਣ ਜਾਣਾ ਮਤਲਬ ਉਹਨਾਂ ਦਾ ਚੱਲਦਾ ਰਿਹਾ ਵਾ ਜਦੋਂ ਵੀ ਲਾਹੌਰੋਂ ਦਿੱਲੀ ਜਾਣਾ ਜਾਂ ਦਿੱਲੀੋਂ ਲਾਹੌਰ ਜਾਣਾ ਤੋਂ ਅਕਸਰ ਉਹ ਦੁਗਾਂ ਵਾਲੇ ਵਾਂਸ਼ਸ ਵੀ ਫਿਰ ਆਉਂਦੇ ਇੱਥੇ ਰਹੇ ਆ ਇਸ ਕਰਕੇ ਮਲੇਰਕੋਟਲੇ ਦੇ ਨਾਲ ਇਹ ਚੀਜ਼ ਬਹੁਤ ਜੁੜਦੀ ਆ ਕਿਉਂਕਿ افغانਸਤਾਨ ਤੋਂ ਉੱਧਰਲੇ ਪਾਸਿਓਂ ਤੋਂ ਹੀ ਸ਼ੇਖ ਸਦੂਦਦਿਨ ਜੀ ਸੀ ਤੇ ਉਸ ਪਾਸਿਓਂ ਹੀ ਕਿਤੇ ਨਾ ਕਿਤੇ ਆਪਣ ਬਹਿਲੋਲੂਦੀ ਸੰਬੰਧ ਰੱਖਦੇ ਸੀ ਕਿਤੇ ਨਾ ਕਿਤੇ ਇਹ ਵੀ ਇੱਕ ਸਾਂਝ ਦਾ ਕਾਰਨ ਹੋ ਸਕਦਾ ਤੇ ਜਿਹੜੀ ਇੱਥੇ ਆ ਕਬਰ ਇਹ ਬੀਬੀ ਸੁਬਾਨ ਦੀ ਆ ਇਹ ਅਲੱਗ ਹੈ ਕਿਥੇ ਸੀ ਜਿਨ੍ਹਾਂ ਦੀ ਇੱਥੇ ਕਬਰ ਬਣੀ ਹੋਈ ਆ ਬੜੇ ਸੋਹਣੇ ਗੁੰਬਦ ਬਣੇ ਹੋਏ ਆ ਕਮਾਲ ਦੀ ਕਾਰਗਰੀ ਹਜੇ ਨੀਲੇ-ਨੀਲੇ ਰੰਗ ਦੇ ਚਟਾਕ ਕਿਤਨਾ ਕਿਤੇ ਬਾਕੀ ਆ ਤੇ ਥਾਂ-ਥਾਂ ਪੱਥਰ ਜੜੇ ਹੋਏ ਆ ਇਹਦੇ ਵਿੱਚ ਦਰਸ਼ਕੋ ਆ ਜਓ ਇਹਦੇ ਨਾਲ ਚਾਰੇ ਪਾਸੇ ਆਪਾਂ ਘੁੰਮ ਕੇ ਦੇਖ ਲਈਏ ਤੇ ਦੇਖੋ ਵੀ ਆ ਫਰੰਟ ਸਾਈਡ ਆ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਸ ਵਕਤ ਉੱਤੇ ਚਾਰ ਤੁਹਾਨੂੰ ਚਾਰਾਂ ਖੁੰਜੀਆਂ ਦੇ ਉੱਤੇ ਆਡਾ-ਆਡੇ ਮਮਟੀਆਂ ਜੀਆਂ ਬਣੀਆਂ ਹੋਈਆਂ ਨੇ ਉੱਤੇ ਛੋਟੇ-ਛੋਟੇ ਗੁੰਬਦ ਬਣੇ ਹੋਇਆ ਤੇ ਸਾਰਾ ਹੀ ਪੱਥਰ ਪਤਾ ਨਹੀਂ ਕਿੱਥੋਂ ਲੈ ਕੇ ਆਏ ਹੋਣਗੇ ਇੰਨਾ ਕੀਮਤੀ ਪੱਥਰ ਕਿਉਂਕਿ ਪੰਜਾਬ 'ਚ ਤੇ ਪੱਥਰ ਮਿਲਦਾ ਹੀ ਨਹੀਂਗਾ ਉਹਨਾਂ ਤੇ ਉਹਨਾਂ ਵੇਲੇ 'ਚ ਹਜ਼ਾਰਾਂ ਦੇ ਹਿਸਾਬ ਨਾਲ ਸੈਂਕੜੇ ਮਤਲਬ ਪੱਥਰ ઠવા ઠવાਈ ਬਹੁਤ ਹੋਈ ਹੋਊਗੀ ਤੇ ਮਕਬਰਾ ਵੀ ਆਲੀ ਸ਼ਾਨ ਬਣਾਇਆ ਵ ਤੇ ਉੱਚੇ ਥਾਂ ਦੇ ਉੱਤੇ ਬਣਾਇਆ ਹੋਇਆ ਵ ਮਕਬਰਾ ਹੈ ਤੇ ਇੱਕ ਮੈਂ ਤੁਹਾਨੂੰ ਹੋਰ ਚੀਜ਼ ਦਿਖਾ ਦਿਆਂ ਵੀ ਪਨਾਲਾ ਪਨਾਲਾ ਇਹਦਾ ਬਹੁਤ ਸੋਹਣਾ ਬਣਾਇਆ ਹੋਇਆ ਵ ਤਾਂ ਦਿਖਾ ਦੇ ਵੀ ਇਡੀ ਸੋਹਣੀ ਚੀਜ਼ ਬਣਾਈ ਇਧਰਲੇ ਪੱਸੇ ਦੀ ਆਜੋ ਦਿਖਾ ਦਿਆਂ ਆ ਪੱਸਰ ਸਾਰੇ ਹੌਲੀ ਹੌਲੀ ਨਾ ਭਰਨੇ ਸ਼ੁਰੂ ਹੋ ਚੁੱਕੇ ਆ ਇੱਥੇ ਆਹ ਦਿਖਾ ਦਿਓ ਪਨਾਲਾ ਕਿੱਡਾ ਖੂਬਸੂਰਤ ਪਨਾਲਾ ਮੈਂ ਕਹਿੰਦਾ ਵੀ ਸਿਰਾ ਹੋਇਆ ਪਿਆ ਵਾ ਇਹੋ ਜਿਹਾ ਪਨਾਲਾ ਨਹੀਂ ਕਦੇ ਦੇਖਿਆ ਹੋਣਾ ਤੁਸੀਂ ਵੀ ਇਸ ਮਨਾਰ ਦੇ ਵਿੱਚ ਲੱਗੇ ਪੱਥਰਾਂ ਦੇ ਵਿੱਚ ਹੀ ਸਰਾ ਕਰਕੇ ਇਹਨੂੰ ਬਣਾਇਆ ਗਿਆ ਵਾ ਆ ਦੇਖੋ ਲੈ ਐਦਾਂ ਲੱਗਦਾ ਨਾ ਜਿਵੇਂ ਕਿਸੇ ਬਹੁਤ ਮਹਿੰਗੀ ਚੀਜ਼ ਲਿਆ ਕੇ ਉਹ ਪੱਧਰੀ ਪਾਣੀ ਕਿੰਨੀ ਬਰੀਕੀ ਦੇ ਨਾਲ ਕਿੰਨਾ ਸਮਾਂ ਲਾ ਕੇ ਇਹਨੂੰ ਬਣਾਇਆ ਗਿਆ ਹੋਊਗਾ ਇਸ ਜਿਹੜੇ ਇਹ ਪਨਾਲੇ ਨੂੰ ਦੂਜੀ ਗੱਲ ਤੁਹਾਨੂੰ ਦਿਖਾ ਦਿਆਂ ਵੀ ਆਹ ਪੌੜੀਆਂ ਆਹ ਪੌੜੀਆਂ ਚੜ੍ਹਦੀਆਂ ਹੁੰਦੀਆਂ ਤਾਂ ਤੋਂ ਚੜ੍ਹਦੀਆਂ ਨੇ ਇੱਥੋਂ ਪੌੜੀਆਂ ਹਰ ਤਾਂ ਗੁਬੰਦ ਵਾਲੇ ਪਾਸੇ ਵਾਲੇ ਦੇ ਵਾਲੇ ਘੁੰਮਣ ਦੇ ਲਈ ਪਰ ਇੱਥੋਂ ਹੈ ਨਹੀਂ ਇੱਥੋਂ ਦੂਜੀ ਪੌੜੀ ਲਾਉਣੀ ਪੈਂਦੀ ਐ ਟੰਬਿਆਂ ਵਾਲੀ ਫਿਰ ਇੱਥੇ ਜਾ ਲਾ ਕੇ ਤਾਂ ਚੜਿਆ ਜਾ ਸਕਦਾ ਵਾ ਤੇ ਇਹ ਹੋ ਗਿਆ ਤੇ ਇਧਰਲੇ ਪਾਸੇ ਦੀ ਦਿਖਾ ਦਿਆਂ ਵੀ ਆਹ ਦਰਖਤ ਵੀ ਪੁਰਾਣਾ ਹੀ ਲੱਗਿਆ ਬੋੜ ਬੋੜ ਤੇ ਪਾ ਪੇਪਲ ਇਧਰਲੇ ਮਗਰਲੇ ਪਾਸੇ ਕੁਝ ਨਾ ਰੰਗ ਚਟਾਕ ਦਿਖਾ ਦਿਆਂ ਤੁਹਾਨੂੰ ਮੈਂ ਉਹ ਆਦੇ ਵਿੱਚ ਮਤਲਬ ਅਡਡ ਰੰਗਾਂ ਦੀ ਵਰਤੋਂ ਵੀ ਕੀਤੀ ਗਈ ਜਿਹੜੀ ਕਿ ਹੌਲੀ ਹੌਲੀ ਸਮਾਂ ਪੈ ਕੇ ਥੋੜੇ ਥੋੜੇ ਖਰਾਬ ਹੋਣੇ ਸ਼ੁਰੂ ਹੋ ਗਏ ਕਿਉਂਕਿ ਸਮਾਂ ਬਈ ਬਹੁਤ ਹੋ ਗਿਆ ਨਾ ਇੰਨਾ ਇੰਨੇ ਸਮੇਂ ਦੇ ਵਿੱਚ ਰੰਗਾਂ ਦਾ ਟਿੱਕੇ ਪਣ ਕੋ ਗੋ ਰੰਗ ਲਿਆ ਨਹੀਂ ਉਹ ਤੜਕ ਗੇ ਟਟਕ ਗੇ ਤੜਕ ਗੇ ਮਤਲਬ ਚੂਨੀ ਤੇ ਤੇ ਪਾਲਸ਼ਾਂ ਕਰ ਕਰਕੇ ਨੇਚਰਲ ਕਲਰਸ ਨੂੰ ਵਰਤਿਆ ਗਿਆ ਵਾ ਆ ਆ ਪੱਥਰ ਵੀ ਸਾਰੇ ਹੈਗੇ ਸੈਂਡਸਟੂਨ ਕਹਿੰਦੇ ਆ ਬਲੂਆ ਪੱਥਰ ਕਹਿੰਦੇ ਇਹ ਵੀ ਪੁਰਾਣਾ ਹੀ ਲੱਗਿਆ ਹੋਇਆ ਵਾ ਸਾਰਾ ਇਹ ਅੰਦਰਲੇ ਪਾਸੇ ਕਿਤੇ ਕੰਧਾਂ ਤੋਂ ਪਹਿਲਾਂ ਦਿਖਾਈ ਦਿੱਤੀਆਂ ਵੀ ਕਿੰਨੀਆਂ-ਕਿੰਨੀਆਂ ਚੌੜੀਆਂ ਇਹਦੀਆਂ ਇਹ ਮੈਂ ਦੱਸ ਦਿਆਂ ਵੀ ਕਿੰਨੇ ਸਾਲ ਹੋ ਗਏ ਮਤਲਬ ਬਹਿਲਲੂਦੀ ਨੂੰ ਗਿਆਨ ਨੂੰ 1499 ਚੋਂ ਚਲੇ ਗਿਆ ਸੀ ਸੰਸਾਰ ਤੋਂ ਉਸ ਤੋਂ ਬਾਅਦ ਉਹਦੇ ਭਰਾ ਨੇ ਮਤਲਬ ਸਿਕੰਦਰ ਲੋਧੀ ਨੇ ਉਹ ਉਹਦੇ ਬਣਾਇਆ ਸੀ ਇਹ ਤੇ ਸਿਕੰਦਰ ਲੋਧੀ ਦਾ ਬਣਾਇਆ ਹੋਇਆ ਕਿਲਾ ਲੁਧਿਆਣੇ ਦੇ ਵਿੱਚ ਵੀ ਉਹ ਵੀ ਵੀਡੀਓ ਆਪਣੇ ਚੈਨਲ ਦੇ ਉੱਤੇ ਪਾਈ ਹੋਈ ਆ ਲੋਧੀ ਫੋਟ ਕਰਕੇ ਤੁਸੀਂ ਲੱਭ ਸਕਦੇ ਹੋ ਆਹ ਅੱਜ ਆ ਸਾਈਡ ਵਾਲਾ ਪਾਸਾ ਆ ਗਿਆ ਇੱਥੋਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਮਕਬਰਾ ਇਹ ਸਰਹੰਦ ਦੇ ਵਿੱਚ ਹੀ ਆ ਤੇ ਸਰਹੰਦ ਸਰਹੰਦ ਮਤਲਬ ਹਿੰਦ ਦਾ ਸਿਰ ਕਿਹਾ ਜਾ ਸਕਦਾ ਵੀ ਦੀ ਮਹਾਨਤਾ ਰਹੀ ਹੈ ਸ਼ਹਿਰ ਦੀ ਤੇ ਇਹਦੇ ਫੁੱਲ ਬੂਟੇ ਸਿਰੋਂ ਅੰਦਰ ਨਜ਼ਰ ਮਨਰਾ ਦੇ ਆ ਅਦੇ ਅੰਦਰ ਫੁੱਲ ਬੂਟੇ ਬਹੁਤ ਸੋਹਣੇ ਬਣੇ ਹੋਏ ਆ ਇੱਕ ਵਾਰੀ ਤੁਹਾਨੂੰ ਦਿਖਾ ਦਈਏ। ਹਾਜੂ ਆਹ ਦੇਖੋ ਕਿੱਡੇ ਸੋਹਣੇ ਫੁੱਲ ਬੂਟੇ ਬਣੇ ਹੋਏ ਆ। ਦੇਖੋ। ਕਮਾਲ ਹੋਇਆ ਪਿਆਲਾ। ਇਹੋ ਜੀਆਂ ਨਿਕਾਸ਼ੀਆਂ ਕੀਤੀਆਂ ਹੋਈਆਂ ਮਹ ਹਨਾ। ਕਿਤੇ ਕਿੱਡੇ ਰੂਹ ਨਾਲ ਕੰਮ ਕੀਤਾ ਪੱਥਰਾਂ ਦੇ ਉੱਤੇ ਤੇ ਕਿੰਨੇ ਸਾਲ ਲੱਗੇ ਹੋਣਗੇ ਕਿੰਨੇ ਚੋਟੀ ਦੇ ਮਿਸਤਰੀ ਹੋਣਗੇ। ਆਚਾਰੇ ਪਾਸੇ ਮਾੜਾ ਇਹ ਕਮਾ ਕੇ ਦਿਖਾ ਦਿਓ ਵੀ ਕਿਸ ਤਰੀਕੇ ਨਾਲ ਗੁਲਾਈ ਦੇ ਵਿੱਚ ਕੰਮ ਕੀਤਾ ਗਿਆ ਸਾਰੇ ਹੌਲੀ ਹੌਲੀ ਪਹਿਲਾਂ ਮਤਲਬ ਕਿ ਲਾ 16 16 ਖੁੰਜੇ ਬਣਾਏ ਗਏ 16 ਤੋਂ 8 ਕੀਤੇ ਗਏ 8 ਤੋਂ ਥੱਲੇ ਘਟਾਉਦੇ ਗਏ ਇਸ ਤਰੀਕੇ ਦੇ ਨਾਲ ਫਿਰ ਮਤਲਬ ਗਵੰਦ ਆਖਰ ਤੇ ਸਰਜ ਲੈਂਦੇ ਸੀਗੇ ਜਿਵੇਂ ਤੁਸੀਂ ਥੱਲੇ ਦੇਖੋਗੇ ਮਤਲਬ ਅੱਡ ਅੱਡੋਸਾ ਤੇ ਚਾਰ ਖੁੰਜੇ 24 ਤੋਂ ਵਿੱਚ ਉਹਨਾਂ ਨੇ 8 ਕਰਤੇ 8 ਤੋਂ 16 ਕਰਤੇ ਇਸ ਤਰੀਕੇ ਦੇ ਨਾਲ ਵਾਧੇ ਕਰਨ ਵਿੱਚ ਜਾ ਕੇ ਉਹਨਾਂ ਨੇ ਆਖਰ ਤੇ ਜਾ ਕੇ ਉਹਦਾ ਸੁਮੇਲ ਦੁਮੇ ਦੂ ਕਰਤੇ ਉਹਨਾਂ ਨੂੰ ਮੇਲਤ ਕਰਤਾ ਇਹਨਾਂ ਦਾ ਤੇ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਵਿਸ਼ਾ ਲੈ ਕੇ ਮਿਲਾਂਗੇ ਮਿਹਰਬਾਨੀ ਧੰਨਵਾਦ ਬਹੁਤ ਖੂਬਸੂਰਤ ਨਜ਼ਾਰਾ ਉਮੀਦ ਕਰਾਂਗੇ ਕਿ ਤੁਸੀਂ ਇਸ ਚੀਜ਼ ਨੂੰ ਸ਼ੇਅਰ ਕਰੋਗੇ ਦਿਖਾਓਗੇ ਅੱਗੇ ਤੇ ਬਹਿਲੋਲੂ ਦੀ ਵੇਲ ਦੀਆਂ ਜੜ੍ਹਾਂ ਤਾਜ਼ੀਆਂ ਹੋ ਜਾਣਗੀਆਂ ਮਿਹਰਬਾਨੀ ਧੰਨਵਾਦ